ਤੇ ਆਹ ਸਵਰਾਜ 855 ਦੇ ਵਿੱਚੋਂ ਉੱਡ ਗਿਆ ਜੇ ਗੱਲ ਕਰੀਏ 45,000 ਰੁਪਇਆ ਹਨਾ, 45,000 ਰੁਪਇਆ ਘਟ ਗਿਆ, 40,000 ਰੁਪਇਆ ਆਹ ਹਾਲੈਂਡ ਦੇ ਵਿੱਚੋਂ ਡਿਸਕਾਊਂਟ ਹੋ ਜੂ, ਡੰਡਾ ਫੱਟੀ ਛਤਰੀ ਨਾਲ 35 ਉੱਡ ਗਿਆ, 35,000 ਰੁਪਇਆ ਰੇਟ ਘਟ ਗਿਆ, ਨਾ ਤੇ 35 ਦਾ ਕੀ ਹਿਸਾਬ ਹੈ ਫਿਰ 40 ਦਾ, ਠੀਕ ਹੈ 40 ਦਾ ਵੀ। ਅਸੀਂ ਉਹ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ 'ਤੇ ਅਤੇ ਯੂਟਿਊਬ ਚੈਨਲ 'ਤੇ ਸਾਰਿਆਂ ਦਾ, ਆਪਾਂ ਖੜਿਆ ਮਿੱਤਰੋ ਇਸ ਵਕਤ ਤਲਵੰਡੀ ਸਾਬੋ ਟਰੈਕਟਰ ਮੰਡੀ 'ਤੇ, ਅਤੇ ਗੱਲਬਾਤ ਤੁਹਾਡੀ ਇੱਧਰ ਸ਼ਰਮਾ ਜੀ ਨਾਲ ਕਰਾਵਾਂਗੇ। ਸ਼ਰਮਾ ਜੀ ਹਾਲ ਚਾਲ ਦੱਸੋ ਪਹਿਲਾਂ, ਕਿਵੇਂ? ਵਧੀਆ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਬਾਕੀ ਸਵਾਗਤ ਆ ਪੇਜ 'ਤੇ ਸ਼ਰਮਾ ਜੀ ਦਾ ਵੀ, ਅਤੇ ਬਾਕੀ ਤੁਹਾਨੂੰ ਪਤਾ ਆ ਵੱਡੇ ਧਮਾਕੇ ਕਰਨ ਵਾਸਤੇ ਇਹ ਜਾਣੇ ਜਾਂਦੇ ਆ, ਅਤੇ ਅੱਜ ਵੀ ਇਹਨਾਂ ਤੋਂ ਉਹੀ ਕਰਾਉਣੇ ਆ, ਜੰਮੇ ਵੀ ਆਪਾਂ ਇਹੀ ਕੰਮ ਵਾਸਤੇ, ਜੰਮੇ ਵੀ ਇਸੇ ਕੰਮ ਵਾਸਤੇ ਆ। ਅਤੇ ਹੁਣ ਟਰੈਕਟਰ ਹਾਲੈਂਡ ਪਹਿਲਾਂ ਦਾ, ਹਾਲੈਂਡ ਦੀ ਜਿਵੇਂ ਕਹਿੰਦੀ ਸੁਪਰ ਸੀਡਰ ਚੱਲਦਾ ਅਤੇ ਡਿਮਾਂਡ ਹੁਣ ਹੈਗੀ ਆ ਵੱਧ, ਸੁਪਰ ਸੀਡਰ ਦੀ ਤੁਸੀਂ ਇਹੀ ਬੁਲਾਉਂਦੇ ਆ ਬਾਈ, ਠੀਕ ਹੈ। ਅਤੇ ਹੁਣ ਇਹਦੇ ਬਾਰੇ ਦੇ ਮਾੜੀ ਜਾਣਕਾਰੀ। ਇੱਕ ਗੱਲ ਹੋਰ ਆ ਸਤਨਾਮ, ਜਿੰਨੇ ਪੈਸਿਆਂ 'ਚ ਹਾਲੈਂਡ ਮਿਲ ਜੂ, ਠੀਕ ਹੈ, ਜਿੰਨੇ ਫੀਚਰ ਇਹਦੇ ਵਿੱਚ ਆ ਕਿਸੇ ਟਰੈਕਟਰ 'ਚ ਨਹੀਂ ਹੁੰਦੇ, ਠੀਕ ਹੈ, ਜਿੰਨੀ ਇਹ ਪਾਵਰ ਲਾਉਂਦਾ, 55 ਐਚ ਪੀ ਹੈਗਾ ਇਹ, 60 ਐਚ ਪੀ ਲਾਉਂਦਾ ਜੀ ਇਹ, ਠੀਕ ਹੈ। ਅਤੇ ਮਾਡਲ ਕਿੰਨਾ ਹੁਣ ਇਹ? ਨਾ ਮਾਡਲ 10, ਠੀਕ ਹੈ, 10 ਮਾਡਲ ਆ, ਪੰਜਾਬ ਨੰਬਰ ਦੇ ਵਿੱਚ, PV11 ਨੰਬਰ ਦੇ ਵਿੱਚ। ਅਤੇ ਟਰੈਕਟਰ ਦੇ ਮਾਰ ਜੀ ਕਰੀ ਕੈਮਰਾ, ਜਿਵੇਂ ਕਹਿੰਦੀ ਜਿਹੜੀ ਚੀਜ਼ ਤੁਹਾਨੂੰ ਵਿੱਚ ਵੀਡੀਓ ਦੇ ਦਿੱਤੀ ਸੂ ਸਾਰੀ ਉਵੇਂ ਬਕਾਇਦਾ ਮਿਲੂਗੀ, ਇੱਥੇ ਹੋਲੇ ਵਾਲਾ ਕੋਈ ਕੰਮ ਨਹੀਂ। ਸ਼ਰਮਾ ਜੀ ਦਾ ਇਹ ਹੈ ਜੀ ਹਾਲੈਂਡ 55 ਐਚ ਪੀ ਕੈਟਾਗਰੀ ਵਾਲਾ, 3 ਸਪੀਡ ਆ, ਹੈ ਨਾ, ਨਾ 2 ਸਪੀਡ, 2 ਸਪੀਡ ਆ ਇਹ, ਟਾਇਰ 2 ਸਪੀਡ ਆ, PV ਨੰਬਰ ਆ, ਨਕਾਪੀ ਨਾ ਹੋ ਜੂਗੀ, ਤੇ ਫਰੰਟ ਟਾਇਰ MRF ਤੇ ਬੈਕ ਟਾਇਰ ਵੀ MRF, ਨਾ ਬੈਕ ਟਾਇਰ ਗੁੜੀਅਰ ਦੇ ਵਿੱਚ ਨੇ ਜੀ, ਬੈਕ ਟਾਇਰ 80 ਟਾਇਰ ਹੈਗੇ ਬਾਈ। ਤੇ ਟਾਇਰਾਂ ਦੀ ਜਿਵੇਂ ਕਹਿੰਦੀ ਕਿਸਾਨ ਵੀਰ ਪਹਿਲਾਂ ਟਾਇਰ ਹੀ ਦੇਖਦਾ, ਹਾਂਜੀ ਹਾਂਜੀ, ਤੋਂ ਬਾਅਦ ਹਾਂਜੀ ਟਾਇਰ ਪਾਇਆ ਪੂਰੀ ਚੰਗੇ ਟਰੈਕਟਰ ਦੇ, ਹਾਂਜੀ ਹਾਂਜੀ। ਤੇ ਹੁਣ ਇਹਦੀ ਡਿਮਾਂਡ ਹੈਗੀ ਆ 3,00,000 ਤੇ 35,000 ਰੁਪਇਆ, ਹਾਂਜੀ ਇਹ ਹੈਗੀ ਆ ਡਿਮਾਂਡ, ਬਿਲਕੁਲ। ਤੇ ਹੁਣ ਦੇਣਾ ਕਿੰਨੇ ਦਾ ਤੁਸੀਂ? ਡਾਊ ਕੀ ਟੋਲ 20,000 ਹੈ, 20 ਉੱਡ ਗਿਆ, ਬਸ ਬਸ 20 ਉੱਡ ਗਿਆ, 5 ਰਹਿ ਗਿਆ, ਹਾਂ 5 ਰਹਿ ਗਿਆ, ਕੋਈ ਗੱਲ ਨਹੀਂ ਬਾਈ, ਟਰੈਕਟਰ ਇੱਕੋ ਰੇਟ ਬੋਲੂਗਾ, ਇੱਕ ਰੇਟ, ਉਦੋਂ ਰੁਪਇਆ ਨਹੀਂ ਕੱਢਣਾ, 2,95,000 ਦਾ ਟਰੈਕਟਰ ਦੇ ਦਾਂਗੇ, 2,95,000 ਦਾ। ਅਤੇ ਹੁਣ ਇੱਧਰ ਮਾਰ ਜੀ ਮਾੜਾ ਜਿਹਾ ਕੈਮਰਾ, 3,35,000 ਡਿਮਾਂਡ ਸੀ, 40,000 ਰੁਪਇਆ ਆਹ ਹਾਲੈਂਡ ਦੇ ਵਿੱਚੋਂ ਡਿਸਕਾਊਂਟ ਹੋ ਜੂ, ਡੰਡਾ ਫੱਟੀ ਛਤਰੀ ਨਾਲ, ਠੀਕ ਹੈ, ਸਲੈਂਸਰ ਦੂਜਾ ਲੱਗਿਆ ਵਾ, ਸਲੈਂਸਰ ਕਹੇ ਐਂ ਪੁੱਛਿਆ, ਠੀਕ ਹੈ, ਕਹੇ ਦੋ ਵਾ, ਠੀਕ ਹੈ, ਸਲੈਂਸਰ ਦੋ ਵਾ, ਦੂਜਾ ਢੋਲਕੀ ਵਾਲਾ ਵੀ ਮਿਲ ਜੂ ਨਾਲ, ਹਾਂ ਰੀਜਨ ਨਾਲ, ਉਹ ਵੀ ਮਿਲ ਜੂ, ਤੇ ਆਹ ਤਾਂ ਹੈਗੀ, ਇਹ ਹੈਗੀ, ਠੀਕ ਹੈ, ਡੰਡਾ ਫੱਟੀ ਇਹ ਟਰੈਕਟਰ ਮਿੱਤਰੋ ਤੁਹਾਨੂੰ 2,95,000 ਰੁਪਏ ਦਾ ਬਣ ਜੂ, ਤੇ ਆਉਣਾ ਕਿੱਥੇ ਆ? ਬੁੱਧਵਾਰ ਵਾਲੇ ਦਿਨ ਮੰਡੀ ਲੱਗਦੀ ਆ, ਤੇ ਪਲਾਟ ਨੰਬਰ ਹੈਗਾ 3 ਪੰਜਾਬੀ ਢਾਬੇ, ਜਦੋਂ ਮਰਜ਼ੀ ਆ ਜਾਣ ਯਾਰ, ਬੁੱਧਵਾਰ ਦੀ ਗੱਲ ਹੀ ਕੋਈ ਨੀ, ਠੀਕ ਹੈ, ਜਦੋਂ ਮਰਜ਼ੀ ਆ ਜਾਓ, ਉਹ ਪਾ ਸਿੰਪਲ ਸਟੀਅਰਿੰਗ ਦੇ ਵਿੱਚ ਸੀ, ਠੀਕ ਹੈ, ਇਹ ਸਤਨਮ ਪਾਵਰ ਸਟੀਅਰਿੰਗ ਆ, ਇਹ ਪਾਵਰ ਸਟੀਅਰਿੰਗ ਆ, ਇਹ ਆ ਗਿਆ ਮਾਡਲ 6 ਹਨਾ, 2006 ਮਾਡਲ ਆ, ਤੈਨੂੰ ਇੱਕ ਮੈਂ ਚੀਜ਼ ਦਿਖਾਉਂਗਾ ਹੁਣ, ਠੀਕ ਹੈ, ਮੈਂ ਨਹੀਂ ਕੁਛ ਬੋਲਦਾ, ਕੀ ਕੱਢੀ ਆ ਨਾ ਤੂੰ, ਇਹ ਆ ਫੜ, RC ਫੜ ਇਹਦੀ, ਹਾਂ ਇਹ ਆ ਹਾਲੈਂਡ ਦੀ ਕਾਪੀ ਆ ਗਈ, ਹਾਂ ਦੇਖੋ ਕੀ ਆ ਇਹ, ਠੀਕ ਹੈ, ਪੰਜਾਬ ਨੰਬਰ ਦੇ ਵਿੱਚ ਆ, 6 ਮਾਡਲ ਆ, ਤੇ ਇਹਦੀ ਹੈਗੀ ਆ ਪਾਸਿੰਗ, ਦੇਖ ਪਾਸਿੰਗ ਹੈਗੀ ਇਹਦੀ, ਆ ਗਈ ਰਜਿਸਟਰ, ਖੜ ਜਾ 26 ਤੱਕ ਪਾਸਿੰਗ ਪਈ ਆ, 26 ਤੱਕ, 26 ਤੱਕ ਪਾਸਿੰਗ ਪਈ ਆ ਟਰੈਕਟਰ ਦੀ ਮਿੱਤਰੋ, ਪਾਸਿੰਗ ਹੈਗੀ ਆ ਟਰੈਕਟਰ ਦੀ, PV ਨੰਬਰ ਦੇ ਵਿੱਚ ਆ, 6 ਮਾਡਲ ਆ, ਇਹ ਵੱਡੀ ਗੱਲ ਇਹ ਆ, ਵੱਡੀ ਗੱਲ ਇਹ ਆ, ਠੀਕ ਹੈ, ਪਾਸਿੰਗ ਆ ਕਾਪੀ ਦੀ ਨਾ ਹੋਊਗਾ, ਟਰੈਕਟਰ ਪਾਵਰ ਸਟੀਅਰਿੰਗ ਆ, ਤੂੰ ਐਂ ਦੱਸ ਯਾਰ, 6 ਮਾਡਲ ਇੰਨਾ ਸੋਹਣਾ ਭਾਲਦੀ, ਹੱਥ ਮਾਰ ਕੇ ਦੇਖ ਟਰੈਕਟਰ ਰੇਜਨ ਵਾਲਾ ਕਿ ਰੰਗ ਹੋਇਆ, ਠੀਕ ਹੈ, ਟਰੈਕਟਰ ਦੀ ਸੋਹ ਤਾਂ ਪਈ ਆ ਓਰੀਜਨਲ ਸਾਰੀ, ਆਹ ਦਿਸੀ ਜਾਂਦਾ, ਤੇ ਬਾਕੀ ਅਜੇ ਨਿਗਾਹ ਮਾਰਦੇ ਹਾਂ ਅਸੀਂ, ਇੰਜਨ ਤੇ ਦਿਖਾ ਕੇ ਤੇ ਲੱਗਿਆ ਕੋਈ ਭੈ ਜੋ ਮੱਖੀ ਜਿੰਨਾ ਵੀ ਰੰਗ ਹੋਇਆ ਹੋਵੇ, ਠੀਕ ਹੈ, ਇੰਜਨ ਵੀ ਨਾਲ ਦਈ ਆ,
ਡੰਡਾ ਫੱਟੀ ਛਤਰੀ ਸਭ ਕੁਛ ਨਾਲ ਆ। ਠੀਕ ਹੈ 40 ਪੈਸੇ ਟਾਇਰ ਆ। ਠੀਕ ਹੈ ਨਾ ਗੱਲ ਬਾਈ, ਤੁਹਾਡੇ ਸਾਹਮਣੇ ਕੱਲੇ ਮਗਰਿਆੜ ਰੰਗ ਹੋਇਆ, ਉਹ ਵੀ ਮੈਂ ਕਰਵਾਇਆ। ਠੀਕ ਹੈ, ਮਗਰਿਆੜ ਕੋਈ ਟੁੱਟੇ ਫੁੱਟੇ ਨਹੀਂ ਸੀ ਬਾਈ। ਠੀਕ ਹੈ, ਗੱਲ ਥੋੜੀ ਜਰਸੀ ਇਹਨਾਂ ਦੀ ਮੈਨੂੰ ਸੋਹਣੇ ਨਹੀਂ ਲੱਗੇ ਤਾਂ ਕਰਵਾਇਆ। ਠੀਕ ਹੈ, ਵੀ ਜਾਤ ਜੂ ਟਰੈਕਟਰ ਮਾਰਿਆ। ਹਾਂ ਜੱਜ। ਠੀਕ ਹੈ, ਸਾਰਾ ਓਰੀਜਨਲ ਗੇਅਰ ਇੰਜਨ ਰੁਪਈਏ ਦਾ ਰੁਪਈਆ ਜੇ ਤੈਨੂੰ ਸਟਾਰਟ ਕਰਕੇ ਦਿਖਾ ਦਾਂ ਨਾ ਮੈਂ, ਤੇ ਇੰਜਨ ਦੀ ਆਵਾਜ਼ ਸੁਣੀ ਮਾੜੀ ਮਾਰ ਦੇ ਸੈਲਫ ਤੇ ਮੈਂ ਆਵਾਜ਼ ਸੁਣਾਈ। ਹੁਣ ਤੂੰ ਇਹਨੂੰ ਸੈਲਫ ਤੂੰ ਮਾਰ ਹੀ ਦੇ। ਨਹੀਂ ਨਹੀਂ, ਇੰਜਨ ਦੀ ਆਵਾਜ਼ ਸੁਣੀ ਨਾਲ ਜਿਹੜੇ ਵੀਰ ਦੇਖੀ ਜਾਂਦੇ ਆ ਉਹਨਾਂ ਨੂੰ ਵੀ ਸੁਣਾ ਦਈਏ ਆਵਾਜ਼। ਆਵਾਜ਼ ਦੇਖੀ ਤੂੰ ਇਹਦੀ। ਆ ਆਪਾਂ ਤੇਰੇ ਨਾਲ ਹੀ ਸੱਤਦਾ ਬਈ, ਤੂੰ ਸਾਡਾ ਉਸਤਾਦ ਆ ਯਾਰ, ਇਸ ਲਾਈਨ ਚ ਪਾਇਆ ਸਾਨੂੰ ਤੂੰ। ਨਹੀਂ ਨਹੀਂ, ਜੇ ਤੂੰ ਐਂ ਕਹਿੰਦੇ ਸ਼ਰਮਾ ਘਾਟੇ ਨਾ ਦੇ ਦੇਣਾ ਟਰੈਕਟਰ, ਪਰਮਾਤਮਾ ਦੀ ਕਸਮ ਯਾਰ, ਆਪਾਂ ਘਾਟੇ ਨਾ ਵੀ ਦੇ ਦੇਣਾ। ਮਾਣ ਆ ਯਾਰ ਤੇਰੇ ਤੇ, ਸ਼ਰਮਾ ਸਾਨੂੰ ਹੁਣ ਐ ਰੁਜ਼ਗਾਰ ਆ, ਰੋਟੀ ਚੱਲਦੀ ਸਾਡੇ ਘਰੇ ਯਾਰ, ਇੱਥੇ ਬੱਚੇ ਪਲਦੇ ਸਾਡੇ, ਮੇਰੇ ਪਲਦੇ, ਜਵਾਕ ਪਲਦੇ ਆ, ਤੂੰ ਕਹਿੰਦੇ ਬਈ ਘਾਟੇ ਨਾ ਦੇ ਦੇ, ਘਾਟੇ ਨਾ ਦੇ ਦੇ ਜਾਊ ਹੈ। ਠੀਕ ਹੈ, ਤੇ ਹੁਣ ਕਿੰਨੇ ਕੁ ਦਾ ਬਣ ਗਿਆ ਨਾ? 290 ਕਹਿਤਾ ਤੂੰ, 290 ਇੱਕੋ ਰੇਟ ਕਹੂੰ, ਇੱਕ ਰੇਟ ਆ ਅੱਬਾ, ਦੋ ਕਹਿਣੀ ਨੀ, 2,85,000 ਦਾ ਲੈ ਜਾਓ ਪਾਵਰ ਸਟੀਅਰਿੰਗ ਵਾਲਾ। ਠੀਕ ਹੈ, ਪਾਸਿੰਗ ਪਈ ਆ, ਨਾ ਹੋਊਗਾ ਪੰਜਾਬ ਨੰਬਰ, 25,000 ਰੁਪਇਆ ਡਿਸਕਾਊਂਟ ਦੇ ਦਿਓ ਹਜੇ ਘੱਟ ਜਾ। ਤੇਰੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜੇ। ਠੀਕ ਹੈ, ਬੰਦੇ ਦਾ ਮਾਨ ਤਨ ਪੂਰਾ ਹੋਰ ਕਰ। ਅੱਛਾ, ਹੋਰ ਵੀ ਹੋ ਜਾਊ ਮਾਨ ਤਨ, 25 ਦਾ ਉੱਡਿਆ ਉੱਡਿਆ ਮਤਲਬ ਮਾਨ ਤਨ ਹੋਰ ਵੀ ਕਰਾ ਦਾਂਗੇ। ਇੰਨੇ ਦਾ ਕੋਈ ਦੇ ਕੇ ਦਿਖਾਵੇ ਯਾਰ, ਇੰਨਾ ਸੋਹਣਾ ਰੇਟ। ਠੀਕ ਹੈ, ਪੰਜਾਬ ਨੰਬਰ ਹੋਵੇ, ਪਾਵਰ ਹੋਵੇ, ਪਾਵਰ ਹੋਵੇ, ਕਾਫੀ ਦੀ ਪਈ ਹੋਵੇ ਪਾਸਿੰਗ, ਟਰੈਕਟਰ ਪਿਆ ਪੂਰਾ ਸਾਫ ਪਾਸਿੰਗ ਦੇ ਵਿੱਚ ਆ, ਬਾਕੀ ਸਭ ਤੋਂ ਵੱਡੀ ਗੱਲ ਪੰਜਾਬ ਨੰਬਰ ਆ, ਪੰਜਾਬ ਨਹੀਂ ਹੈ ਨਾ। ਹਾਂਜੀ, ਤੇ ਟਰੈਕਟਰ ਪੂਰਾ ਚੰਗਾ ਮਿੱਤਰੋ, ਇੰਜਨ ਗੇਅਰ ਦੀ ਜਮਾ ਗਰੰਟੀ ਆ, ਬਾਕੀ ਤਸੱਲੀ ਆਪਦੀ ਚਲਾ ਕੇ ਜਿਵੇਂ ਮਰਜ਼ੀ ਕਰਕੇ ਵਗ ਜਾਓ। ਹਾਂਜੀ, ਤੇ ਹੁਣ ਹੋਰ ਧਮਾਕੇ ਵੀ ਕਰਨੇ ਆ। ਤੇ ਲੈ ਹੁਣ ਸ਼ਰਮਾ ਜੀ ਗੱਲ ਆ ਗਈ ਸਵਰਾਜ ਤੇ, ਬਿਲਕੁਲ ਨਵਾਂ ਟਰੈਕਟਰ ਆ ਵੀਰੇ, ਜਮਾ ਹੀ ਨਵਾਂ, 22 ਮਾਡਲ ਆ ਜੀ ਇਹ, ਚੱਲਿਆ ਦੇਖੀ ਸਤਨਾਮ, ਮੈਂ ਨਹੀਂ ਕੁਛ ਬੋਲਦਾ, ਚੱਲਿਆ ਦੇਖ ਤੂੰ। ਹੁਣ ਕੈਮਰੇ ਵਾਲੇ ਨੂੰ ਵੀ ਆਪਾਂ ਬੁਲਾਈ ਲੈਣੇ ਆ, 500 ਇੱਧਰ ਦੀ ਆਈ ਬਾਈ, ਮਾੜਾ ਇੱਧਰ ਦੀ ਆਈ ਬਾਈ, ਦਿਖਾਈ ਮਾੜਾ ਮੀਟਰ ਦਿਖਾਈ। 545 ਘੰਟੇ ਚੱਲਿਆ ਟਰੈਕਟਰ ਇਹ, ਜਮਾ ਹੀ ਨਵਾਂ ਪਿਆ ਮਿੱਤਰੋ, ਟਰੈਕਟਰ 22 ਮਾਡਲ ਆ, ਗੁੱਡੀਆਂ ਦੇ ਉੱਤੇ ਟਾਇਰਾਂ ਵਾਲਾ ਸੀਟ ਜਿਵੇਂ ਕਿਹਦੇ ਲਿਖਿਆ ਪਿਆ, ਟਾਇਰ ਨਾਲ ਦੇ ਟਾਇਰ ਦੇ 99 ਪੈਸੇ ਆ ਬਾਈ, ਯਾਰ ਟਾਇਰ ਪਿਆ 1% ਘਟੇ ਆ। ਇਹਦੀ ਹੁਣ ਡਿਮਾਂਡ ਕਿੰਨੀ ਆ? ਡਿਮਾਂਡ ਇਹਦੀ 5,00,000 ਤੇ 7,00,000 ਤੇ 22, 7,00,000 ਤੇ 25,000 ਆ, 22 ਮਾਡਲ ਆ, 6,85,000 ਕਹਿੰਦਾ ਬਾਈ। ਠੀਕ ਹੈ, ਆਪਾਂ 80,000 ਦਾ ਟਾਇਰ ਲੈ ਲਾਂਗੇ, 6,80,000। ਅੱਛਾ, ਇੱਕ ਗੱਲ ਤੈਨੂੰ ਹੋਰ ਦੱਸ ਦੇਣਾ, ਪੁਰਾਣਾ ਕੱਟਿਆ ਜਾਊ, ਲੋਨ ਫੈਂਸ ਹੋ ਜੂ, ਲੋਨ ਫੈਂਸ ਹੋ ਜੂ। ਠੀਕ ਹੈ, ਜਿਹੜੇ ਵੀ ਟਾਇਰ ਵੀਡੀਓ ਦਿਖਾਵਾਂਗੇ ਕਾਗਜ਼ ਪੱਤਰਾਂ ਗਰੰਟੀ ਮੇਰੀ ਹੋਊ। ਠੀਕ ਹੈ,
ਤੇ ਆਹ ਸਵਰਾਜ 855 ਦੇ ਵਿੱਚੋਂ ਉੱਡ ਗਿਆ ਜੇ ਗੱਲ ਕਰੀਏ 45,000 ਰੁਪਇਆ ਹਨਾ 45,000 ਰੁਪਇਆ ਘਟ ਗਿਆ ਇੱਥੇ ਫਾਇਦਾ ਮੰਡੀਆਂ ਯਾਰ ਕੋਈ ਟਰੈਕਟਰ ਲੈਣਾ ਬਾਈ ਸਾਰੇ ਨਵੇਂ ਤੋਂ ਨਵੇਂ ਆਉਂਦੇ ਆ ਠੀਕ ਹੈ ਇੰਨੇ ਦਾ ਮਾੜਾ ਵੀ ਨਹੀਂ ਹੈਗਾ ਬਾਈ ਤੇ ਹੁਣ ਆ ਇਧਰਲੇ ਪਾਸੇ ਇਹ ਆ ਗਿਆ ਬਾਈ ਛੋਟਾ ਜਿਹਾ 730 ਹੈ ਇਹ ਆ ਗਿਆ ਮਾਡਲ 17 ਹਾਂ 17 ਟਰਾਲੀ ਵਾਸਤੇ ਚਾਹੀਦਾ ਹੋਵੇ ਬਿਲਕੁਲ ਨਵਾਂ ਟਰੈਕਟਰ ਆ ਬਾਈ 20 ਮਾਡਲ ਆ 3 ਸਪੀਡ ਆ ਚੇਂਜਰ ਮਿਲ ਜੂਗੀ ਪੁਰਾਣਾ ਕੱਟਿਆ ਜੋ ਲੋਨ ਫੈਂਸ ਹੋ ਗਈ ₹35,000 ਲੱਗੂਗਾ ₹40,000 ਲੱਗੂ ਜਮਾ ਨੀ ਲੱਗਦਾ ਵੀਰੇ ਠੇਕਾ ਕਰਨਾ ਮੇਰੇ ਨਾਲ ਕਰ ਲਿਓ ਠੀਕ ਹੈ ਗੱਲ 3,35,000 ਰੁਪਏ ਦਾ ਹੋਊਗਾ ਬੀਮਾ ਥਰਡ ਪਾਰਟੀ ₹10,000-11,000 ਹੀ ਲੱਗਦਾ ਬਾਈ ਜੇ ਕਹਿੰਦਾ ਕੋਈ ਕਹਿੰਦਾ ਵੱਧ ਲੱਗਦਾ ਇਹ ਕੰਮ ਮੈਂ ਕਰਵਾ ਦੂੰਗਾ ਠੀਕ ਹੈ ਇਹ ਗੱਲ ਦੀ ਮੈਂ ਗਰੰਟੀ ਲੈਣਾ ਤੇ ਹੁਣ 6,25,000 ਤਾਂ ਹੋਗੀ ਡਿਮਾਂਡ ਹੈ ਜੀ ਜਿਹੜੇ ਟਰੈਕਟਰ ਆ ਆਪਣਾ ਪੂਰਾ ਹੱਕ ਆ ਟਰੈਕਟਰ ਠੀਕ ਹੈ ਮੈਂ ਕੁਛ ਵੀ ਕਰ ਸਕਦਾ ਠੀਕ ਹੈ ਨਹੀਂ ਠੀਕ ਹੈ ਗੱਲ ਠੀਕ ਹੈ ਇਹ ਆਪਣੇ ਦੋਸਤ ਨੇ ਮੌੜ ਤੋਂ ਲੋਂਡੀ ਸਾਹਿਬ ਉਹਦਾ ਬਾਈ ਠੀਕ ਹੈ ਜਗਤਾਰ ਸਿੰਘ ਮੌੜ ਆਪਣੇ ਚਾਚਿਆਂ ਥਾਂ ਤੇ ਲੱਗਦਾ ਠੀਕ ਹੈ ਇੱਕ ਬਾਈ ਜਸਵੰਤ ਆ ਉਹ ਬੈਠਾ ਸਾਹਮਣੇ ਮਾਰਦੇ ਕੈਮਰਾ ਬੇਸ਼ੱਕ ਕੋਈ ਚੱਕਰ ਨਹੀਂ ਠੀਕ ਹੈ ਬਾਈ ਪਿੰਡ ਹੈਗਾ ਕੋਟ ਸ਼ਮੀਰ ਠੀਕ ਹੈ ਗੱਲ ਕਾਗਜ਼ ਪੱਤਰਾਂ ਦੀ ਬਾਈ ਠੀਕ ਹੈ 100% ਗਰੰਟੀ ਮੇਰੀ ਵੀ ਹੈ ਤੇ ਇਹਨਾਂ ਦੀ ਵੀ ਹੈ ਠੀਕ ਹੈ ਤੇ ਟਰੈਕਟਰ ਦੀ ਵੀ ਗਰੰਟੀ ਕਿਸੇ ਟਰੈਕਟਰ ਦੇ ਤੂੰ ਪਹਿਲਾਂ ਦੇ ਇੱਕ ਟਾਇਰ ਦਿਖਾ ਦੇ
ਕੋਈ ਲੀਕ ਦਿਖਾ ਦੇ, ਕੋਈ ਰੰਗ ਹੋਇਆ ਦਿਖਾ ਦੇ। ਫਸਟ ਪਾਲਟੀ ਟਰੈਕਟਰ ਆ, ਨਾਲ ਦੇ ਟਾਇਰ ਹੀ ਨਾ ਬਾਈ ਦੇ, ਨੱਬੇ ਪੈਸੇ ਟਾਇਰ ਆ ਬਾਈ, ਸਾਰਾ ਓਰਿਜਨਲ ਆ, ਚੱਲਿਆ ਦੱਸੀ ਮਾੜਾ। ਪੁਰਾਣਾ ਵੀ ਕੱਟਿਆ ਜਾਊ ਤੇ ਚੁੱਪ ਕਰਕੇ ਜਿਵੇਂ ਕਹਿ ਦਈਏ ਕਾਗਜ਼ ਪੱਤਰ ਤੁਹਾਡੇ ਹੋਣੇ ਚਾਹੀਦੇ, ਸਿਵਲ ਵਾਲਾ ਓਕੇ ਡਿਪਾਰਟਮੈਂਟ। ਹਾਂ ਲੋਨ ਫੈਂਸ ਤੇ ਫੁੱਲ ਵਾਂਗੂ ਹੋ ਜਾਂਦਾ ਬਾਈ, ਕੋਈ ਸ਼ਰਮਾ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ, ਕੋਈ ਵੀ ਟਰੈਕਟਰ ਲੈਣਾ ਮੇਰੇ ਤੋਂ ਗੱਲਬਾਤ ਕਰਕੇ ਟਰੈਕਟਰ ਜਾ ਸਕਦੇ।